ਬਿਸਮਿਲ੍ਲਾਹਿਰਰਹਿਮਾਨਿਰਰਹੀਮ 22 ਮਈ 2023 ਹੈ। ਅੱਜ ਅਸੀਂ ਦਾਨ ਦੇ ਪਨੀਰੀ ਦੀ ਤਿਆਰੀ ਕਰ ਰਹੇ ਹਾਂ। ਅਸੀਂ ਇਹਨਾਂ ਨਮਕ ਵਿੱਚ ਗੋਲ ਕੇ ਪਾਣੀ ਵਿੱਚ, ਉਸ ਤੋਂ ਬਾਅਦ ਅਸੀਂ ਉਹਦੇ ਵਿੱਚ 10 ਮਿੰਟ ਬੀਜ ਨੂੰ ਭਿਗੋ ਕੇ ਰੱਖਿਆ। ਬੀਜ ਭਿਗਾਉਣ ਤੋਂ ਬਾਅਦ ਅਸੀਂ ਉਹਨੂੰ ਫਿਰ ਧੋਤਾ, ਸਾਫ਼ ਕੀਤਾ, ਹਲਕਾ ਦਾਣਾ ਸਾਰਾ ਨਿਕਾਲ ਦਿੱਤਾ। ਦੇਖੋ, ਇੱਕ ਮਾਹਣੀ 'ਚੋਂ ਕਮ ਅਜ਼ ਕਮ 5-7 ਕਿਲੋ ਅਸੀਂ ਹਲਕਾ ਦਾਣਾ ਨਿਕਾਲ ਦਿੱਤਾ, ਕਿਉਂਕਿ ਨਿਊ ਇੰਡੀਅਨ ਵਰਾਇਟੀ ਹੈ 1885। ਅਤੇ ਹੁਣ ਅਸੀਂ ਇਹਨਾਂ ਪਾਣੀ ਹਲਕੀ ਮਿਕਦਾਰ ਰੱਖੀ ਹੈ ਧੋਣ ਤੋਂ ਬਾਅਦ। ਨਮਕ ਵਾਲਾ ਪਾਣੀ ਵੀ ਸਾਰਾ ਅਸੀਂ ਜ਼ਾਇਆ ਕਰ ਦਿੱਤਾ। ਦੁਬਾਰਾ ਸਾਫ਼ ਕਰਕੇ ਬਿਹਤਰੀਨ, ਅੱਗੇ ਅਸੀਂ ਜ਼ਿਆਦਾ ਪਾਣੀ ਰੱਖ ਦਿੰਦੇ। ਹੁਣ ਅਸੀਂ ਥੋੜ੍ਹਾ ਪਾਣੀ ਜਿਹੜਾ ਹੈ ਨਾ, ਉਹਦੇ ਵਿੱਚ ਦਵਾਈ ਲਗਾਈ ਹੈ, ਡਬਲ ਡੋਜ਼ ਲਗਾਈ ਹੈ, 5 ਗ੍ਰਾਮ ਫੀ ਕਿਲੋ। ਵੈਸੇ 2.5 ਕਿਲੋ ਰਿਕਮੈਂਡ ਕਰਦੇ ਹਨ। ਅਤੇ ਅਸੀਂ 2 ਜ਼ਹਿਰਾਂ ਲਗਾਈਆਂ, ਟੈਪਸੋਨੈਮ ਅਤੇ ਔਰ ਫੰਡਡ ਥਾਇਓਫਨੇਟ ਡਾਇਮੰਡ ਕਰਾਸ ਦੇ। ਯਾਨੀ ਅਸੀਂ ਹਰ ਲਿਹਾਜ਼ ਨਾਲ ਇਹਦਾ ਦਿਫਾਅ ਕੀਤਾ, ਔਰ ਨਈ ਜ਼ਮੀਨ 'ਚ ਅਸੀਂ ਕਾਸ਼ ਕਰ ਰਹੇ ਹਾਂ ਤਾਂ ਕਿ ਅਸੀਂ ਹਰ ਸੂਰਤ ਬਕੈਣੀ ਦਾ ਮੁਕਾਬਲਾ ਕਰੀਏ, ਕਿਉਂਕਿ ਨਈਆਂ ਜਿਹੜੀਆਂ ਵੀ ਵਰਾਇਟੀਆਂ ਇੰਡੀਆ ਵਾਲੀ ਸਾਈਡ ਤੋਂ ਆਉਂਦੀਆਂ ਨੇ ਉਹ ਬਕੈਣੀ 2-3 ਸਾਲ ਬੜਾ ਤੰਗ ਕਰਦੇ। ਹੁਣ ਇਹਨਾਂ ਮਿਕਸ ਕਰਦੇ, ਇਹ 24 ਘੰਟੇ ਅਸੀਂ ਹੁਣ ਇਹਨੂੰ ਮਿਕਸ ਕਰਕੇ ਰੱਖ ਦੇਣਾ, 2-3 ਦਫ਼ਾ ਲਾ ਦੇਣਾ। ਉਸ ਤੋਂ ਬਾਅਦ ਅਸੀਂ ਫਿਰ ਇਹਨੂੰ ਬਾਹਰ ਰੱਖ ਕੇ ਅੰਗੂਰੀ ਲਗਵਾ ਕੇ ਅਤੇ ਫਿਰ ਅਸੀਂ ਛੱਟਾ ਕਰਾਂਗੇ। ਇਸ ਤਰ੍ਹਾਂ ਦਵਾਈ ਜਿਹੜੀ ਹੈ ਨਾ, ਜ਼ਿਆਦਾ ਤੋਂ ਜ਼ਿਆਦਾ ਦਾਣੇ ਜਜ਼ਬ ਕਰਨ ਦਾ। ਅਤੇ ਜਦੋਂ ਅਸੀਂ ਨਿਥਾਰਿਆ ਹੈ, ਹਲਕਾ ਦਾਣਾ ਉਤਾਰਿਆ, ਉਹ ਵੀ ਜਿਹੜਾ ਕਮਜ਼ੋਰ ਦਾਣਾ ਹੁੰਦਾ ਹੈ, ਬਕੈਣੀ ਵਾਲਾ ਦਾਣਾ ਹੁੰਦਾ ਹੈ, ਉਹ ਸਾਰਾ ਅਸੀਂ ਨਿਥਾਰ ਕੇ ਨਿਕਾਲ ਦਿੱਤਾ।